ਫਿਰ ਲੋਕ ਕਹਿੰਦੇ ਆ ਕਿ ਪੰਜਾਬ ਬਦਨਾਮ ਕਿਉਂ ਆ। ਇਹ ਰਸ਼ੀਅਨ ਕੁੜੀ ਜੋ ਰਸ਼ੀਆ ਤੋਂ ਪੂਰਾ ਭਾਰਤ ਘੁੰਮਣ ਆਈ ਸੀ ਆਪਣੀ ਧਾਰਮਿਕ ਯਾਤਰਾ ਨੂੰ ਲੈ ਕੇ, ਆਪਣੇ ਮੈਡੀਟੇਸ਼ਨ ਨੂੰ ਲੈ ਕੇ, ਇੱਕ ਗਰੁੱਪ ਦੇ ਨਾਲ ਧਾਰਮਿਕ ਸੰਸਥਾ ਦੇ ਨਾਲ ਜੁੜੀ ਹੋਈ ਸੀ, ਜਿਨ੍ਹਾਂ ਦੇ ਵੱਲੋਂ ਟੂਰ ਕਰਾਇਆ ਗਿਆ ਪੂਰੇ ਭਾਰਤ ਦਾ। ਤੇ ਹੁਣ ਰਿਸ਼ੀਕੇਸ਼ ਤੋਂ ਜਿਵੇਂ ਹੀ ਇਹ ਪੰਜਾਬ ਦੇ ਫਗਵਾੜਾ ਰੇਲਵੇ ਸਟੇਸ਼ਨ ਤੇ ਕੁੜੀ ਇੱਕ ਟੂਰਿਸਟ ਗਾਈਡ ਦੇ ਨਾਲ ਜਦ ਸਟੇਸ਼ਨ ਦੇ ਉੱਤੇ ਉਤਰਦੀ ਹੈ ਤਾਂ ਲੁਟੇਰੇ ਉਸਦਾ ਪਰਸ ਖੋ ਕੇ ਲੈ ਜਾਂਦੇ ਨੇ। ਤਾਂ ਹੁਣ ਤੁਸੀਂ ਆਪ ਹਿਸਾਬ ਲਗਾ ਲਵੋ ਉਸ ਕੁੜੀ ਦੇ ਦਿਮਾਗ ਦੇ ਉੱਤੇ ਜਾਂ ਉਸਦੇ ਮਨ ਦੇ ਵਿੱਚ ਪੰਜਾਬ ਪ੍ਰਤੀ ਕੀ ਇੰਪ੍ਰੈਸ਼ਨ ਬਣਿਆ ਹੋਵੇਗਾ। ਤਾਂ ਦੱਸ ਦਈਏ ਕਿ ਰਸ਼ੀਅਨ ਕੁੜੀ ਦਾ ਪਰਸ ਖੋ ਕੇ ਲੁਟੇਰੇ ਭੱਜ ਗਏ ਨੇ। ਤਸਵੀਰਾਂ ਦੇ ਵਿੱਚ ਦੇਖ ਰਹੀ ਹੈ ਰਸ਼ੀਅਨ ਕੁੜੀ ਰਸ਼ੀਆ ਤੋਂ ਆਈ ਸੀ, ਧਾਰਮਿਕ ਯਾਤਰਾ ਕਰਨ ਆਈ ਸੀ, ਵੱਖ ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਆਈ ਸੀ, ਇੰਡੀਆ ਨੂੰ ਐਕਸਪਲੋਰ ਕਰਨ ਆਈ ਸੀ। ਪਰ ਹੋਇਆ ਕਿ ਇਸ ਦੇ ਨਾਲ ਇਹ ਫਗਵਾੜਾ ਰੇਲਵੇ ਸਟੇਸ਼ਨ ਪਹੁੰਚਦੀ ਹੈ, ਪੂਰਾ ਭਾਰਤ ਘੁੰਮ ਲਈ, ਇਸ ਦੇ ਨਾਲ ਇੱਕ ਵੀ ਘਟਨਾ ਨਹੀਂ ਵਾਪਰੀ ਹੁਣ ਤੱਕ। ਪੰਜਾਬ ਆਈ, ਫਗਵਾੜਾ ਰੇਲਵੇ ਸਟੇਸ਼ਨ ਤੇ ਉਤਰੀ, ਇਸਦਾ ਪਰਸ ਖੋ ਕੇ ਲੈ ਗਏ। ਪਰਸ ਦੇ ਵਿੱਚ 3 ਲੱਖ ਰੁਪਏ ਦੀ ਵਿਦੇਸ਼ੀ ਅਤੇ ਦੇਸੀ ਕਰੰਸੀ ਅਤੇ ਪਾਸਪੋਰਟ ਸੀ। ਤੇ ਹੁਣ ਇਹ ਕੁੜੀ ਆਪਣੇ ਦੇਸ਼ ਵਾਪਸ ਵੀ ਨਹੀਂ ਜਾ ਸਕਦੀ ਜਦੋਂ ਤੱਕ ਪਰਸ ਨਹੀਂ ਮਿਲਦਾ। ਤਾਂ ਇਸ ਕੁੜੀ ਦੀ ਖਾਤਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਖਬਰ ਪਹੁੰਚੇ ਅਤੇ ਪੁਲਿਸ ਜਲਦ ਤੋਂ ਜਲਦ ਇਸ ਔਰਤ ਦਾ, ਇਸ ਕੁੜੀ ਦਾ ਪਰਸ ਲੱਭ ਕੇ ਦੇ ਦੇਵੇ ਅਤੇ ਆਪਣੇ ਘਰ, ਆਪਣੇ ਬੱਚਿਆਂ ਕੋਲ, ਆਪਣੇ ਮਾਪਿਆਂ ਕੋਲ ਵਾਪਸ ਜਾ ਸਕੇ। ਤਾਂ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ, ਜਿੱਥੇ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੀ ਹੋਈ ਇਹ ਰਸ਼ੀਅਨ ਕੁੜੀ ਫਗਵਾੜਾ ਰੇਲਵੇ ਸਟੇਸ਼ਨ ਉਤਰਦੀ ਹੈ, ਇਸਦਾ ਪਰਸ ਖੋ ਕੇ ਲੈ ਜਾਂਦੇ ਨੇ ਲੁਟੇਰੇ, ਜਿਸ ਦੇ ਵਿੱਚ 3 ਲੱਖ ਦੇ ਕਰੀਬ ਜਿਹੜੀ ਕਿ ਕਰੰਸੀ ਸੀ, ਵਿਦੇਸ਼ੀ ਰਸ਼ੀਅਨ ਕਰੰਸੀ। ਅਤੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਬੈਂਕ ਦੇ ਕਾਰਡ, ਪਾਸਪੋਰਟ, ਘਰ ਦੀ ਚਾਬੀਆਂ, ਸਾਰਾ ਕੁਝ ਉਸ ਪਰਸ ਦੇ ਵਿੱਚ ਸੀ ਜੋ ਲੁਟੇਰੇ ਖੋ ਕੇ ਲੈ ਗਏ ਨੇ। ਤਾਂ ਹੁਣ ਤੁਸੀਂ ਆਪ ਦੱਸੋ ਪੰਜਾਬ ਦੀ ਇਮੇਜ ਪੂਰੇ ਭਾਰਤ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕੀ ਜਾ ਰਹੀ ਹੈ, ਕਿਉਂਕਿ ਉਹ ਕੁੜੀ ਪੰਜਾਬ ਆਉਣ ਤੋਂ ਪਹਿਲਾਂ ਪੂਰਾ ਭਾਰਤ ਘੁੰਮ ਕੇ ਆਈ ਹੈ, ਉਸਦੇ ਨਾਲ ਇੱਕ ਵੀ ਘਟਨਾ ਨਹੀਂ ਵਾਪਰੀ। ਜਿਵੇਂ ਹੀ ਪੰਜਾਬ ਦੀ ਧਰਤੀ 'ਤੇ ਕਦਮ ਰੱਖਿਆ, ਨਾਲ ਦੀ ਨਾਲ ਉਸ ਨਾਲ ਲੁੱਟ ਖੋ ਹੋ ਗਈ ਹੈ। ਹੁਣ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਕੀ ਜਵਾਬਦੇਹੀ ਹੈ ਇਸ ਉੱਪਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਜਲਦ ਤੋਂ ਜਲਦ ਇਸਦਾ ਪਰਸ ਲੱਭ ਕੇ ਦਿੰਦੀ ਹੈ ਪੰਜਾਬ ਪੁਲਿਸ। ਅੱਗੇ ਵੀ ਹਾਂਜੀ ਕਾਫੀ ਵਾਰ ਅਸੀਂ ਟੂਰ ਆਰਗਨਾਈਜ਼ ਕਰ ਚੁੱਕੇ ਹਾਂ ਇੱਥੇ, ਤੇ ਇਸ ਵਾਰ ਅਸੀਂ ਆਏ ਸੀਗੇ ਰਿਸ਼ੀਕੇਸ਼ ਆਏ ਸੀਗੇ। ਹਰ ਵਾਰੀ ਗਰੁੱਪ ਦੇ ਨਾਲ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ, ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ। ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ? ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਹੈ। ਕੀ ਮਾਮਲਾ ਕੀ ਹੋਇਆ ਜਿਹੜਾ ਸਾਰਾ ਤੁਹਾਡੀ ਮਤ? ਸਾਡੇ ਨਾਲ ਐਕਚੁਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ, ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ, ਅਤੇ ਅਸੀਂ ਫਗਵਾੜੇ ਜਦੋਂ ਉਤਰੇ ਹਾਂ ਟ੍ਰੇਨ 'ਚੋਂ, ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ, ਅਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਹਾਂ। ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ, ਇਹਨਾਂ ਨਾਲ ਸਨੈਚ ਕਰ ਲਿਆ, ਇਹਨਾਂ ਦਾ ਬੈਗ ਸਨੈਚ ਕਰਕੇ ਭੱਜ ਗਏ ਲੋਕ। ਇਹ ਵੀ ਰਸ਼ੀਆ ਤੋਂ ਆਏ? ਹਾਂਜੀ ਰਸ਼ੀਆ ਤੋਂ। ਇਹ ਪਹਿਲੀ ਵਾਰ ਆਏ ਇੱਥੇ? ਇਹ ਨਹੀਂ, ਸੈਕਿੰਡ ਟਾਈਮ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ, ਅਸੀਂ ਕੁਛ ਰਿਪੋਰਟ ਵਗੈਰਾ ਅਸੀਂ ਕੁਛ ਨਹੀਂ ਲਿਖਾਈ, ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ, ਮੇਰੇ ਹਿਸਾਬ ਨਾਲ ਕੁਛ ਰਿਪੋਰਟ ਲਿਖਾਉਣ 'ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਣੀ ਨਹੀਂ, ਹੈ ਨਾ। ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ, ਕਿਉਂਕਿ ਉੱਥੇ ਲੋਕਾਂ ਨੇ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ, ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ। ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਗ ਖੋਇਆ ਵਾ ਅਤੇ ਇਹ ਤਕਰੀਬਨ 12 ਵਜੇ ਦੀ ਦਿਨ ਦੀ ਸੀ ਘਟਨਾ? ਕਿੰਨੇ ਜਾਣੇ ਸੀਗੇ ਇਹ? ਕੌਣ? ਇਹ ਬੈਗ ਖੋਣ ਵਾਲੇ ਸਕੂਲ ਕਾ ਨਹੀਂ ਬਿਲੇ ਤੋਂ 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 ਤੇ ਬੈਗ ਕਾ ਲੈ ਚਲਾਵੇ ਦੁਆ ਅਜੀ
ਇੱਕ ਜਣਾ ਸੀਗਾ ਇੱਕ ਜਣਾ ਸੀ ਹਾਂਜੀ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਸਟੋਟਮ ਬਿੱਲ ਨਾ ਉਹ ਤਾਂ ਤੁਮ $3,800 15,000 ਰੂਸਕਿਹ ਰੁਬਲੇ 9,000 ਵਾਸ਼ ਕਾਰਟ ਇੱਕ ਵਿੱਚ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ $3,800 ਸੀਗਾ ਅਤੇ 1,500 ਜਿਹੜਾ ਰਸ਼ੀਅਨ ਕਰੰਸੀ ਸੀ 15,000 ਰਸ਼ੀਅਨ ਕਰੰਸੀ ਸੀਗੀ ਅਤੇ 9,000 ਰੁਪਇਆ ਇੰਡੀਅਨ ਰੁਪਏ ਸੀਗਾ ਅਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉੱਧਰਲੀਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਜਦੋਂ ਇਹ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫ਼ਰ 'ਚੋਂ ਆਏ ਹੋਏ ਅਤੇ ਇਸ ਕਰਕੇ ਇਹ ਤਾਂ ਜਿੱਦਾਂ ਕਾਫ਼ੀ ਨਰਵਸ ਹੋ ਗਈ ਸੀ ਡਿੱਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਛ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਦਾ ਤੁਹਾਨੂੰ ਪਤਾ ਲੋਕਾਂ ਨੇ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੁਛ ਵੀ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਹੁਣ ਕੰਪਲੇਂਟ ਕੀਤੀ ਕਿਸੇ ਨੇ ਹੁਣ ਅਸੀਂ ਹਾਂ SP ਸਾਹਿਬ ਕੋਲ ਗਏ ਸੀਗੇ ਕਪੂਰਥਲੇ ਅਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਗੱਲ ਲਿਆਂਦੀ ਉਹਨਾਂ ਦੇ ਠੀਕ ਹੈ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਤੁਸੀਂ ਤਾਂ ਜਾਂ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ FIR ਕਰਵਾ ਦਿਓ ਜਾਂ ਇੱਕ ਹੋਰ DDR ਹੁੰਦੀ ਕੋਈ ਮੈਨੂੰ ਤਾਂ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋਵੇ ਇਸ ਕਰਕੇ ਅਸੀਂ ਬੈਟਰ ਇਹ ਆ ਸਾਨੂੰ ਚਲੋ ਜੋ ਲੋਸ ਹੋ ਗਿਆ ਹੁਣ ਕੀ ਕਰ ਸਕਦੇ ਹਾਂ ਵਾਪਸ ਤਾਂ ਕਦੀ ਆਉਣਾ ਨਹੀਂ ਵਾਪਸ ਅਸੀਂ ਪਰਸੋਂ ਦੀ ਮੰਗ ਇਹੀ ਆ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਓਰ ਹੋਵੇ ਕੋਈ ਜਾਣੀ ਹੋਰ ਨਾ ਕਿਸੇ ਨਾਲ ਇਹ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇੱਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ 'ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਉਂਦੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਵੀ ਬੜਾਵਾ ਦਿੰਦੇ ਹੋ ਅਤੇ ਫਿਰ ਵੀ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹੀ ਸਾਡਾ ਹੁਣ ਹੌਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜ੍ਹਾ ਹੋਰ ਅਸੀਂ ਕੇਅਰਫੁਲ ਰਹਾਂਗੇ ਇਹ ਵੀ ਇਹਨਾਂ ਦਾ ਵੀ ਜਿੱਦਾਂ ਹੁਣ ਵਿਸ਼ਵਾਸ ਜਿੱਦਾਂ ਡੋਲਦਾ ਜਿੱਦਾਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤਾਂ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹੈ ਨਾ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿੱਦਾਂ ਇਹ ਆਉਣਾ ਚਾਹੁੰਦੇ ਆ ਮੈਂ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਹਾਂ ਅਤੇ ਆਲਰੇਡੀ ਮੈਂ ਔਰਗਨਾਈਜ਼ ਕਰਦਾ ਰਹਿੰਦਾ ਅਤੇ ਇਹ ਹੁਣ ਜੇ ਇੱਦਾਂ ਦੀ ਹੈਪਨਿੰਗ ਹੋਣਗੀ ਫਿਰ ਸਾਨੂੰ ਥੋੜ੍ਹਾ ਜਿਹਾ ਡਿਸਕੰਫਰਟ ਮਹਿਸੂਸ ਹੋਊਗੀ ਅਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ